अस्सलाम वालेकुम नाज़रीन, मैं तुसन मिज़बान चौधरी सबर शराज। इस टाइम जिन्हें वीडियो दसी जी न्यू आबादी बरूटिया चकसवाड़ी जिला बीपर आजाद कश्मीर नाजनी टाउन चकसवाड़ी। नाजरीन जेडे मोहम्मद राजक उर्फ जुल्फी साहब हाँ, इन्होंने गलबात करने। अस्सलाम वालेकुम चाचा। चाचा थोड़ा उच्चा बोल सो प्लीज़। अल्लाह तला सेहत है। अच्छा चाचा मैं कैमरा नेड़े करी ना जी। चाचा तुम्हें क्या मौकफ है, की मैं बुलाया? ਪਰਚੀ ਵੀ ਸਾਹਮਣੇ ਨੇ, ਸਰਦਾਰ ਮਸਲਾ ਸੀ, ਸੜਕ ਦਾ ਮਸਲਾ ਹੈ ਜੀ, ਕੋਈ ਹੱਲ ਨਹੀਂ। ਹਮਜ਼ਾ ਕੀ ਆਖਿਆ, ਸਾਰੇ ਵੀ ਆਖੀ ਕੋਈ ਮਰਜ਼ ਨਹੀਂ। ਹਮਜ਼ਾ ਕਿਹੜਾ ਹਮਜ਼ਾ? ਕੌਣ ਸਾ ਸਾਹਿਬ ਜੇ? ਕੌਣ ਸਾ ਸਾਹਿਬ? ਹਮਜ਼ਾ ਜ਼ਾਕ। ਉਹਨੇ ਕਿਤਨੀ ਵਾਰੀ ਬੈਠੇ ਹੋ? ਕਾਫੀ ਵਾਰੀ ਬੈਠਾ। ਅੱਛਾ, ਤੇ ਇਹ ਸਬਜ਼ ਬਾਗ ਇਸ ਨੂੰ ਹੋਰ ਕੱਖ ਨਹੀਂ ਕੀਤਾ ਜੀ। ਹੁਣ ਪਾਣੀ ਨਿਕਲਣ ਲੱਗਿਆ ਸੀ, ਉਹ ਵੀ ਟੁੱਟੀ ਹੈ, ਕੋਈ ਕੋਈ ਤਰੋੜੀ ਹੈ, ਕੋਈ ਪਤਾ ਨਹੀਂ ਕੌਣ ਹੈ ਕੋਈ ਨਹੀਂ। ਇਸ ਬਾਰੇ ਕੋਈ ਇਲਮ ਨਹੀਂ ਜੀ। ਤਾਂ ਮੈਂ ਇਹ ਆਖੀ ਮਿਹਰਬਾਨੀ ਕਰੋ, ਮਾੜਾ ਮਸਲਾ ਹੱਲ ਕਰੋ। ਤਾਂ ਇਹਨਾਂ ਸਾਹਿਬ ਬਾਗ ਦੀ ਤਕੀਕ ਨੂੰ ਕਿਹ ਸੁਰਤ ਆ ਲੈ, ਕਿਹ ਵੀ ਕਰਨਾ ਜੀ ਇਹ ਤੋਂ ਕੋ, ਬਾਕੀ ਅੱਲਾ ਮਾਲਕ ਹੈ। ਮੈਂ ਕਹਿ ਸਕਦਾ ਜੀ। ਚਾਚਾ ਚਾਚਾ ਖਬਾੜੇ ਕਟਿੰਗ ਸੈਂਟਰ ਲਈਆਂ ਇਹ ਕੋਲ ਜੀ, ਬਿਲਕੁਲ ਦੇਸ਼ ਮਾਰਕੀਟਿੰਗ ਕਰ ਕਢੋ ਲੈ ਚਾਚਾ ਬਾੜ। ਇਹ ਮੈਂ ਬੜਾ ਸਿਰ ਵਾਲੇ ਕਰਨਾ ਜੇ ਨਹੀਂ ਕੁਛ ਸੁਣਾਈ ਹੋਈ, ਇਨਸ਼ਾਅੱਲਾ ਸੁਣਾਈ ਹੋਸੀ ਚਾਚਾ। ਇਹ ਸਾਰੀ ਕਟਿੰਗ ਆ? ਸਭ ਕਟਿੰਗ ਹੈ ਜੀ। ਅੱਛਾ ਮਾਸ਼ਾਅੱਲਾ। ਇਹ ਨਾਲ ਜੀ ਸਾਰੇ ਖਬਾੜਾਂ ਦੇ ਪੀਸ ਚਾਚੇ, ਖਬਾੜੇ ਖਬੜਾਂ ਲਵਾਈਆਂ ਸੀ ਜਿਹੜੀਆਂ, ਉਹ ਇਹ ਤਾਂ ਕੀ ਸਕਣੇ ਬਹੁਤ ਸਾਰੀਆਂ। ਚਲੋ ਚਾਚਾ ਰਹਿ ਦਿਓ ਹੁਣ। ਚਲੋ ਮੈਂ ਵੀ ਗੁਜ਼ਾਰਿਸ਼ ਕਰਨਾ ਹਮਜ਼ਾ ਕੌਂਸਲ ਸਾਹਿਬ ਕੀ ਕਿ ਤੁਸੀਂ ਵੀ ਇਹਨਾਂ ਨੇ ਬਾੜੇ ਕੰਮ ਕਾਜ ਜਿਹੜੇ ਹੈ, ਜਿਹੜੇ ਮਿਸਾਇਲ ਇਹਨਾਂ ਨੇ ਚਾਚੇ ਨੇ ਹੱਲ ਕਰੋ, ਅਤੇ ਪਲੱਸ ਜਿਹੜੀ ਕਾ ਬਾਹਰ ਰਸਤਾ ਤੱਕਣੇ ਆ, ਕਿਆ ਮਸਲਾ ਉਹ ਵੀ ਨਾਲ ਦੱਸਣਾ ਪੈਸੀ ਲਾਜ਼ਮੀ ਜੁੜਾ ਚਾਚਾ ਬਾੜ। ਜੀ ਜ਼ਰੂਰ। ਚਲੋ ਜੁਠੋ ਬਿਸਮਿਲ੍ਲਾ। ਇਹਨਾਂ ਜਿਹੜੀ ਬਾੜ ਜੁਲੇ ਹੁਣ ਤੱਕਣੇ ਆ, ਚਾਚੇ ਨੇ ਮਸਲਾ ਦੱਬੂ ਹੈ। ਚਾਚੇ ਨਾਲ ਪਹਿਲਾਂ ਮਸਲਾ ਸੀ ਨਾਜ਼ਰੀਨ ਤੱਕੋ, ਕਲੰਪ ਹੈ ਜਿਹੜਾ ਪਾਉਣੀ ਹੈ ਨਾ ਉਹ ਟੁੱਟਾ ਹੈ, ਮੈਂ ਕੋਲ ਦੱਸਣਾ ਜੁੜੀ ਕੇ। ਇਹ ਨਾਜ਼ਰੀਨ ਕਲੰਪ ਇੱਥੇ ਲੱਗਾ ਹੋਣਾ ਸੀ, ਇਹ ਤਰੁੱਟੀ ਗਿਆ ਜਾਂ ਲਿਖੜੀ ਗਿਆ ਮੀਂਹ ਨਹੀਂ ਸਹੀ ਪਤਾ ਦੱਸਣਾ, ਸਾਧੂ ਬੜਾ ਮਸਲਾ ਇਹ ਵੀ ਹੈ। ਇਸ ਤੋਂ ਇਲਾਵਾ ਨਾਜ਼ਰੀਨ ਇਹ ਚਾਚੇ ਨੇ ਸੜਕ ਭੱਜੀ ਹੈ, ਤੱਕੀ ਸਕਣੇ ਸੋ। ਚਾਚਾ ਕਿੰਨੇ ਟਾਈਮ ਤੋਂ ਭੱਜੀ ਹੈ ਇੱਧਰ ਛੋ ਚਾਚਾ ਪਲੀਜ਼? ਚਾਚਾ ਇਹ ਕਿੰਨਾ ਟਾਈਮ ਹੋ ਗਿਆ ਸੜਕ ਟੁੱਟੀ ਹੋ? ਛੇ ਸੱਤ ਮਹੀਨੇ ਹੋ ਗਏ। ਛੇ ਸੱਤ ਮਹੀਨੇ ਹੋ ਗਏ ਹੋ, ਅਤੇ ਛੇ ਸੱਤ ਮਹੀਨੇ ਤੋਂ ਕਿਤਨੀ ਰੁਪਏ ਸੀ ਹਮਜ਼ਾ ਕੌਣ ਸਾ ਸਾਹਿਬ ਕੀ ਸੜਕਾਂ ਨੇ ਬਾਜ਼ਾਰ ਬਾਇਆ ਜੀ ਕੋਈ ਸੁਣਾਈ ਆ ਬਾਲੇ ਤੋਂ ਕੋਣ ਬਾਲੇ ਬਰਦਾ ਬਣਾਇਆ? ਚਲੋ ਇਹ ਵੀ ਦੱਸਣ ਨਾਲ ਸੋ ਤਾਂ ਕਰੋ ਚਾਚਾ ਸਟੇਸੋ ਪਲੀਜ਼। ਇਹ ਨਾਜ਼ਰੀਨ ਤੱਕੀ ਸਕਣੇ ਹੋ, ਛੇ ਸੱਤ ਬਾਲੇ ਆ, ਇੱਕ ਦੋ ਤਿੰਨ ਚਾਰ ਪੰਜ ਛੇ ਚਾਚੇ ਬਾਲੇ ਰੱਖੇ ਆ। ਮੋਟਰਸਾਈਕਲ ਹੀ ਤੂੰ ਕੱਢੀ ਖੰਡੇ ਇਹ ਤਾਂ ਕਿਸੇ ਨਾਜ਼ਰੀਨ ਇਹ ਲਾਤੇ ਲੱਸ ਨਾਜ਼ਰੀਨ ਇਹ ਤੱਕੀ ਸਕਣੇ ਹੋ। ਚਾਚੇ ਕਚਰਾ ਕੁਛ ਛੱਡਣਾ ਤਾਂ ਉਹ ਮਿਸ਼ਾ ਕਾਰ ਅਪਰੂਵ ਬੰਦ ਕਰਨੇ ਸਭ ਰਸਤਾ ਠੀਕ ਹੋ ਜਾਵੇ। ਇਹ ਤਾਂ ਨਾਜ਼ਰੀਨ ਬਾਕੀ ਨਾਜ਼ਰੀਨ ਨਾਜ਼ਰੀ ਤੱਕ ਸਕਣੇ ਹੋ, ਸਾੜਾ ਸੜਕ ਟੁੱਟੀ ਹੈ ਇੱਧਰ ਥੋੜ੍ਹ ਜਿਹੀ ਹੈ ਨਾਜ਼ਰੀ, ਗੱਡੀ ਤਾਂ ਲੰਘ ਜਾਣੀ ਇੱਧਰ ਅੱਗੇ, ਇੱਧਰ ਗੱਡੀ ਕਰੋ ਨਾਜ਼ਰੀ ਲਈ ਦੱਸੀ ਸੌਖੀ ਅੱਗੇ ਆਬਾਦੀ ਵੱਲ ਹੈ, ਅੱਗੇ ਚਾਚੇ ਦਾ ਜਸ ਬੜਾ ਮੁਸ਼ਕਿਲ। ਮੈਂ ਸਿਰਫ ਤੋਂ ਗੁਜ਼ਾਰਿਸ਼ ਕਰਨਾ ਹਮਜ਼ਾ ਕੌਣ ਸਾਹਿਬ ਕੀ ਅਤੇ ਖਦਾਰਾ ਇੰਨੀ ਕੁ ਠੀਕ ਕਰ ਦਿਓ, ਅਤੇ ਅੱਗੇ ਵੀ ਨਾਜ਼ਰੀ ਸੱਕ ਬੂਸਾ ਟੁੱਟੇ ਹੋ ਜਾਣਾ ਥੋੜ੍ਹੀ ਜਿਹੀ। ਚਾਚੂ ਜਿਹੜੇ ਇਹ ਪਾਣੀ ਇੱਧਰੋਂ ਛਣਾ ਸੀ ਸਿਟੀ ਨਾ, ਇਹ ਸਾਰਾ ਇੱਥੇ ਜਾਣਾ ਸੀ ਪਹਾੜ। ਓਹੋ ਇਹ ਤਾਂ ਕਿਸੇ ਨਾਜ਼ਰੀਨ ਬੜੀ ਗੰਦੀ ਬਦਬੂ ਸੀ ਨਾਜ਼ਰੀਨ, ਸਾਰੇ ਗਰਾਉਂਡ ਸ਼ੋਪ ਪੈਂਪਸ ਵੀ ਤਾਂ ਸੱਟਣੇ ਬੱਚਿਆਂ ਨੇ, ਕੋਈ ਖੁਦਾ ਨਾ ਖੌਫ ਕਰੋ ਕਿ ਕੁਛ ਨੁਕਸਾਨ ਦੇਣੇ ਪਲੱਸ। ਚਾਚਾ ਇਹ ਮਕਾਨ ਨਿਊ ਟੋਨੀ ਚਸ਼ਨੇ ਪਾਲੇ? ਅੱਛਾ ਇਹਨਾਂ ਦੇ ਸਾਹਮਣੇ ਪਾਲ ਜੀ ਬਿਲਡਿੰਗ ਨਜ਼ਰ, ਨਿਊ ਟੋਨੀ ਚਸ਼ਨੀ ਹੈ। ਇਹ ਗੋਸੀਆ ਮਸਜਿਦ ਹੈ, ਮੱਲਾ ਗੋਸੀਆ ਬਾਦ। ਇਹ ਨਾਜ਼ਰੀਨ ਚਾਚੇ ਨੇ ਕਾਰ ਸਾਹਮਣੇ, ਮੈਂ ਇਹ ਦੁਆ ਕਰਨਾ ਇਹ ਕੰਮ ਜਲਦੀ ਹੋ ਜਾਏ, ਨਾਜ਼ਰੀਨ ਬਹੁਤ ਜ਼ਰੂਰੀ ਹੈ। ਚਾਚੇ ਨਾਲ ਗੱਲਬਾਤ ਕਰਨੇ ਜੀ, ਕਿਉਂ ਕਿਆ ਬਾਣੀ ਆ? ਚਾਚਾ ਇਸ ਰਸਤੇ ਲਾਵੇ ਹੋਰ ਰਸਤਾ ਸਾਨੂੰ ਕੋਈ? ਓਹੋ ਬੜਾ ਅਫਸੋਸ ਨਾਲ ਮੁਕਾਮ ਹੈ, ਇੱਥੋਂ ਪਹਿਲੇ ਮਾਲ ਟੱਚ ਹੋਇਆ ਚਾਚਾ ਲੈ। ਅੱਛਾ ਚਾਚਾ ਕੋਈ ਆਖਰੀ ਮੈਸੇਜ ਦੇਣਾ ਚਾਹੁਣ ਨੂੰ? ਮੈਂ ਤਾਂ ਕੀ ਹਾਲਤ ਬਹੁਤ ਖਰਾਬ ਹੈ ਸੱਚੀ ਗੱਲ, ਬਹੁਤ ਸਾਹਮਣੇ ਜੋ ਸਾਹਮਣੇ ਮੈਸੇਜ ਕਿਹਾ ਤੂੰ ਹਰ ਚੀਜ਼ ਸਾਹਮਣੇ ਛਪਾਈ ਲਗਾਈ ਕੋਈ ਮੀਂਹ ਆਣਾ ਰਸਤੇ ਨਾਲ ਕਰੋ ਇਨਸ਼ਾਅੱਲਾ ਉਸੀ ਚਾਚਾ ਇਨਸ਼ਾਅੱਲਾ। ਜਦ ਤੱਕ ਤੁਹਾਨੂੰ ਮਸਲਾ ਨਹੀਂ ਹੱਲ ਹੋਣਾ, ਜਦ ਤੱਕ ਮੈਨੂੰ ਖਿਲਾਫ਼ ਲਿਖ ਸਕਦੇ ਆ ਬੋਲ ਸਕਦੇ ਆ ਇਨਸ਼ਾਅੱਲਾ। ਜਜ਼ਾਕੱਲਾ ਅਤੇ ਪਰੇਸ਼ਾਨ ਨਾ ਹੋਵੇ, ਅੱਲਾ ਮਦਦ ਕਰਸੀ ਇਨਸ਼ਾਅੱਲਾ। ਅਤੇ ਪਾਣੀ ਦਾ ਮਸਲਾ ਜਿਹੜਾ ਸਾਧੂ ਬੜਾ ਇਹ ਇਨਸ਼ਾਅੱਲਾ ਜਲਦੀ ਜੱਸੀ, ਕਿਉਂਕਿ ਪਾਣੀ ਕਦੋਂ ਬੰਦਾ ਚਾਚਾ? ਪਾਣੀ ਕੋਈ ਅਸ਼ ਨਹੀਂ ਕੋਨਾ ਜੀ, ਅਸ਼ ਨਹੀਂ ਕੋੜੀ, ਅਸ਼ ਨਹੀਂ ਕੋੜੀ, ਇੱਕ ਵਾਰੀ ਨਹੀਂ ਆਇਆ ਪਾਣੀ ਜਿਹਾ ਲਿਆ। ਉਹ ਵੈਸੇ ਜਿਹੜਾ ਲੈਣ ਸਾਫ ਕਰਨੇ ਕੁਛ ਅਸ਼ ਨਾ ਦਿਆ, ਵੈਸੇ ਕੋਈ ਨਹੀਂ ਟੈਂਕਰ ਚੱਲਣਾ। ਚਲੋ ਅੱਲਾ ਖੈਰ ਕਰਸੀ ਇਨਸ਼ਾਅੱਲਾ। ਠੀਕ ਹੈ ਚਾਚਾ, ਚੱਲਣ ਵਾਲਾ ਹੈ।
ਕੋਈ ਮਾਣੇ ਕੋਲ ਗਲਤੀ ਕਿਵੇਂ ਮਦਦ ਕਰਨਾ ਤੇ ਅੱਲਾਹ ਤਾਲਾ ਸਿੱਧ ਹੈ ਕਿਉਂਕਿ ਮੈਂ ਆਖਿਆ ਸੀ ਉੱਚਾ ਬੋਲੋ ਥੋੜ੍ਹੀ ਜਿਹਾ ਇਸੀ ਵਜ੍ਹਾ ਤੋਂ ਜਾੜੀ ਹੋਈ ਸੀ ਸੁਣੀ ਮਦਦ ਹੈ ਮੈਨੂੰ ਨਹੀਂ ਪਤਾ ਸੀ ਬੁਖਾਰ ਸੀ ਅੱਲਾਹ ਹਾਫਿਜ਼ ਨਾਜ਼ਰੀਨ।